ਅਰਜੁਕ ਵਾਹਿਗੁਰੂ 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 ਧੰਨ ਧੰਨ ਸਾਹਿਬ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਆਪ ਜੀ ਸਾਰੇ ਹੀ ਮੇਰੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਇਕੱਤਰ ਹੋਏ ਹੋ ਸਾਹਿਬਾਂ ਦੇ ਚਰਨਾਂ ਦੇ ਵਿੱਚ ਆਪਣੀ ਆਪਣੀ ਸ਼ਰਧਾ ਦੇ ਪੁਸ਼ਪ ਲੈ ਕੇ ਹਾਜ਼ਰ ਹੋਈ ਹਾਂ। ਇੱਕ ਇਨਸਾਨ ਨੇ ਬੜੀ ਹੀ ਸੁੰਦਰ ਗੱਲ ਕਿਸੇ ਨੂੰ ਕੁਐਸਚਨ ਕੀਤਾ, ਕਹਿੰਦੇ ਕਿ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਆਸਣ ਤੋਂ ਉੱਠ ਕੇ ਜੇ ਕਿਸੇ ਦੇ ਘਰ ਜਾਂਦੇ ਹੁੰਦੇ ਨੇ ਤਾਂ ਚੌੜ ਸਾਹਿਬ ਕਿੰਨੇ ਮਾਨ ਸਨਮਾਨ ਨਾਲ ਕੀਤਾ ਜਾਂਦਾ ਹੈ। ਮੇਰੇ ਸਤਿਗੁਰਾਂ ਨੂੰ ਇੱਕ ਇਨਸਾਨ ਨੇ ਕੁਐਸਚਨ ਕੀਤਾ ਕਿਸੇ ਅਦਰ ਕਾਸਟ ਇਹ ਕਿਸੇ ਹੋਰ ਧਰਮ ਦੇ ਵਿੱਚ ਕਿਉਂ ਨਹੀਂ ਹੁੰਦਾ। ਦੂਜੇ ਇਨਸਾਨ ਨੇ ਉਹਨੂੰ ਕਿਹਾ, ਇੱਦਾਂ ਕਰਿਓ ਤੁਸੀਂ ਆਪਣੇ ਆਪਣੇ ਗ੍ਰੰਥ ਕਿਸੇ ਦਿਨ ਸਾਰੇ ਹੀ ਲੈ ਆਇਓ। ਉਹ ਕਹਿੰਦਾ ਅੱਛਾ ਜੀ। ਮੁਸਲਮਾਨ ਆਪਣੇ ਕੁਰਾਨ ਨੂੰ ਆਪਣੇ ਤਰੀਕੇ ਨਾਲ ਲੈ ਕੇ ਆਇਆ, ਹਿੰਦੂ ਆਪਣੇ ਗੀਤਾਂ ਨੂੰ ਆਪਣੇ ਤਰੀਕੇ ਨਾਲ ਲੈ ਕੇ ਆਇਆ, ਕੁੱਛੜ ਚੱਕ ਲਿਆ ਗੀਤਾਂ ਨੂੰ ਤੇ ਕੁਰਾਨ ਚੱਕ ਲਈ ਮੌਲਵੀ ਨੇ ਕੱਪੜੇ ਦੇ ਵਿੱਚ ਲਪੇਟ ਕੇ ਆਪਣੇ ਹੱਥਾਂ ਦੇ ਉੱਪਰ ਤੇ ਸਾਰੇ ਹੀ ਧਰਮ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਗ੍ਰੰਥ ਦੇ ਨਾਲ ਹਾਜ਼ਰ ਹੋਏ। ਕਹਿੰਦੇ ਹੁਣ ਤੁਹਾਨੂੰ ਆਂਸਰ ਮਿਲ ਜਾਏਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੰਨਾ ਸਤਿਕਾਰ ਤੇ ਚੌੜ ਸਾਹਿਬ ਨਾਲ ਕਿਉਂ ਆਉਂਦੇ ਹੁੰਦੇ ਨੇ। ਉਹ ਬੰਦਾ ਵੇਖ ਕੇ ਬੜਾ ਹੈਰਾਨ ਤੇ ਕਹਿੰਦਾ ਕਿ ਮੈਨੂੰ ਸਮਝ ਨਹੀਂ ਆਈ। ਦੂਜੇ ਬੰਦੇ ਨੇ ਉਹਨੂੰ ਕਿਹਾ ਵੇਖ, ਆਹ ਮੁਸਲਮਾਨ ਆਉਂਦਾ ਆਪਣੇ ਹੱਥ ਦੇ ਵਿੱਚ ਕੁਰਾਨ ਲੈ ਕੇ, ਉਹ ਹਿੰਦੂ ਆਉਂਦਾ ਆਪਣੇ ਗੀਤਾਂ ਨੂੰ ਕੁੱਛੜ ਚੱਕ ਕੇ, ਤੇ ਉਹ ਵੇਖ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਤਰੀਕੇ ਨਾਲ ਆਪਣੇ ਆਸਣ ਤੋਂ ਕਿਵੇਂ ਸਤਿਗੁਰਾਂ ਨੂੰ ਲਿਆਇਆ ਜਾ ਰਿਹਾ ਹੈ ਚੌੜ ਸਾਹਿਬ ਦੇ ਨਾਲ। ਇਹ ਮਹਾਨਤਾ ਹੈ ਸਿੱਖ ਇਤਿਹਾਸ ਦੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਮੇਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਬਾਣੀ, ਮਾਣ ਨਾ ਕੀ ਜੈ ਸਰਣ ਪਰੀ ਜੈ ਕਰੇ ਸੋ ਭਲਾ ਮਨਾਈਏ। ਪਰ ਸੱਚ ਦੇ ਵਿੱਚ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਹੈ ਕਿ ਸਾਨੂੰ ਇਹੋ ਜਿਹੇ ਗੁਰੂ ਮਿਲੇ ਨੇ ਜਿਨ੍ਹਾਂ ਨੇ ਸਾਰਿਆਂ ਦਾ ਸਨਮਾਨ ਕੀਤਾ ਹੈ ਆਪਣੇ ਧਰਮ ਨੂੰ, ਜਿੰਨਾ ਕੁ ਸਨਮਾਨ ਅੱਜ ਸਾਨੂੰ ਮਿਲ ਰਿਹਾ ਹੈ ਮੇਰੇ ਸਤਿਗੁਰਾਂ ਦੇ ਸਦਕੇ ਹੀ ਮਿਲ ਰਿਹਾ ਹੈ। ਅੱਜ ਆਪਾਂ ਮੇਰੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹਾਂ, ਵਡਭਾਗੀ ਹਾਂ, ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੀ ਹਾਂ। ਸੱਚ ਜਾਣਿਓ ਅਬ ਕੀ ਕਹੂੰ ਨਾ ਮੈਂ, ਤਬ ਕੀ ਬਾਤ ਕਹੂੰ ਮੈਂ, ਜਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਐਸੀ ਸ਼ਹਾਦਤਾਂ ਦੇ ਕੇ, ਐਸੀ ਕੁਰਬਾਨੀਆਂ ਦੇ ਕੇ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਮਹਾਰਾਜ ਪ੍ਰਾਪਤ ਹੋਏ ਨੇ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਅੱਜ ਆਪਾਂ ਬੈਠ ਕੇ ਆਪਣੇ ਨਾਨਕ ਦਾ ਬਰਥਡੇ ਮਨਾ ਰਹੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਆਓ ਸਾਰੇ ਮੇਰੇ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ, ਕਿਉਂਕਿ ਕਿਸੇ ਨੇ ਬੜੀ ਸੁੰਦਰ ਬਾਤ ਕਹੀ ਹੈ, ਨਾ ਨੋਟ ਚਾਹੀਏ ਨਾ ਵੋਟ ਚਾਹੀਏ, ਚਾਹੀਏ ਮੇਰੇ ਸਤਿਗੁਰ ਜੀ ਦੀ ਓਟ ਚਾਹੀਏ। ਆਓ ਸਾਰੇ ਮੇਰੇ ਸਤਿਗੁਰਾਂ ਦੇ ਚਰਨਾਂ ਨਾਲ ਜੁੜਦੇ ਹਾਂ, ਕੋਈ ਰਸਾਵਾਂ ਜੀ ਨਾ ਰਹੇ। ਅਗਨ ਗੋਚਰਾ
ਭਗਤਾਂ ਕੇ ਵਸ ਭਗਤਾਂ ਪਾਣ ਤੇ ਨਾ ਅਗਮੇ ਗੋਚਰਾ Vihar.
तारे Thank you.
अनुग्रह प्रगटे प्रभु कामने कामने का
मुकट मोहे तारे तारे आप मुकट मोहे तारे तारे आप मुकट मोहे तारे ऐसे गुर का ऐसे गुर का बाल बाल जाए आप मुकट मोहे
ਧੰਨਵਾਦ ਜੁਗੋ ਜੁਗ ਡਲ ਤਨ ਤਨ ਸਾਹਿਬ ਸਿੰਘ ਸਾਹਿਬ ਜੀ ਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰੇ ਹੀ ਬੈਠੇ ਹਾਂ ਬੜਭਾਗੀ ਹੋ ਧੰਨਵਾਦ ਸਮਾਂ ਪ੍ਰਾਪਤ ਹੋਇਆ ਹੈ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਕਿਰਪਾ ਨਾਲ ਅੱਜ ਆਪਾਂ ਸਾਰੇ ਹੀ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੇ ਹਾਂ ਧੰਨਵਾਦ ਜੁਗੋ 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 ਜੁ ਅਟਲ ਧੰਨ ਧੰਨ ਸਾਹਿਬ ਸਿੰਘ ਸਾਹਿਬ ਜੀ ਦੇ ਇੱਥੋਂ ਦੇ ਮਾਨ ਜੋ ਸਤਿਕਾਰ ਜੋ ਹਰਮਨ ਪਿਆਰੀ ਹਰਜਿੰਦਰ ਸਿੰਘ ਹੋਰ ਰਾਜੂ ਵੀਰ ਜੀ ਹੋਰ ਸੋਹਣ ਤਕਵੀਰ ਜਿਨ੍ਹਾਂ ਨੇ ਸਮੇਂ ਨਾਲ ਨਿਵਾਜ਼ਿਆ ਹੈ ਬਾਣੀ ਪੜ੍ਹਨ ਦਾ ਮਾਨ ਬਖਸ਼ੇ ਹੈ ਦਾਸ ਦਾ ਦੋ ਦਿਨ ਪਹਿਲਾਂ ਹੀ ਐਕਸੀਡੈਂਟ ਦੇ ਕਾਰਨ ਦੋ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਗੁਰੂ ਸਾਹਿਬ ਨੇ ਜਿਹੋ ਜੀ ਵੀ ਹਾਜ਼ਰੀ ਭਰਾਈ ਹੈ ਮੇਰੇ ਸਤਿਗੁਰੂ ਜੀ ਪ੍ਰਵਾਨ ਕਰਨ ਧੰਨਵਾਦ ਇੱਥੋਂ ਦੀ ਸਾਧ ਸੰਗਤ ਜੀ ਦੇ ਸਮੂਹ ਸੰਗਤਾਂ ਨੂੰ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ 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 ਵਧਾਈ ਹੋਵੇ ਕੋਈ ਵਰਸਾਵਾਂ ਜੀ ਨਾ ਰਹੀ ਆਓ ਸਾਰੇ ਸਾਹਿਬਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਮੇਰੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੀਏ ਮੰਗੂ ਰਾਮ ਤੇ ਇਕਦਾਨ ਸਗਲ ਮਨੁਰਥਨ ਹੋਏ ਸਿਮਰੋ ਤੁਮਰਾਨਾ ਮੇਰੇ ਸਤਿਗੁਰ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਸਾਰਿਆਂ ਨੂੰ ਹੀ ਆਪਣੇ ਨਾਲ ਜੋੜੀ ਰੱਖਣ ਨਾਮ ਦਾ ਦਾਤਾਂ ਗੁਰਸਿੱਖੀ ਵਾਲੇ ਜੀਵਨ ਬਖਸ਼ਿਸ਼ ਕਰਨ ਗੁਰੂ ਮਹਾਰਾਜ ਕੀਰਤਨ ਕਰਦੇ ਹਾਂ ਬਾਣ ਸਤਿਕਾਰ ਕਰਦੇ ਹਾਂ ਗਾਇਨ ਕਰਦੇ ਹਾਂ ਸੇਵਾ ਕਰਦੇ ਹਾਂ ਬੇਅੰਤ ਫੁੱਲਾਂ ਫੁੱਲਨ ਅੰਦਰ ਸਭ ਕੋ ਬੋਲੋ ਵਰਤਾਰ ਪਾਓ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ